गुड मॉर्निंग स्टूडेंट्स, आज दी इस 2-3 मिनट दी वीडियो ते सी गल करांगे रिगार्डिंग वीएसटी वेरी सिमिलर टेस्ट। स्टूडेंट्स, एक स्टडी ए कहंदी है कि जेडे बच्चे फर्स्ट अटेम्प्ट विच अपना आईएलटीएस क्वालीफाई नहीं कर पाउंदे, क्लियर नहीं कर पाउंदे, ओदा सब तो वड्डा रीजन जेड़ा है वो है नर्वसनेस, वो है टेस्ट फियर, वो है कंफ्यूजन अपीयरिंग फॉर द फर्स्ट टाइम इन द टेस्ट। सो ओदा सोल्यूशन असीं लभिया है ਜਿਹੜਾ ਪਿਛੇ 2-3 ਸਾਲ ਤੋਂ ਅਸੀਂ ਕਰ ਰਹੇ ਹਾਂ, ਉਹ ਹੈ ਵੀਐਸਟੀ ਵੈਰੀ ਸਿਮਿਲਰ ਟੈਸਟ। ਜਿਸ ਤਰ੍ਹਾਂ ਦਾ ਬੱਚੇ ਨੂੰ ਉੱਥੇ ਮਾਹੌਲ ਮਿਲਣਾ ਹੈ, ਜਿਸ ਤਰ੍ਹਾਂ ਦਾ ਉੱਥੇ ਟੈਸਟ ਆਣਾ ਹੈ, ਜਿਸ ਤਰ੍ਹਾਂ ਦਾ ਉੱਥੇ ਕੁਐਸਚਨ ਪੇਪਰ ਮਿਲਣਾ ਹੈ, ਆਨਸਰ ਸ਼ੀਟ ਮਿਲਣੀ ਹੈ, ਜਿੰਨੀ ਟਾਈਮ ਡਿਊਰੇਸ਼ਨ ਮਿਲਣੀ ਹੈ, ਜਿਸ ਤਰ੍ਹਾਂ ਦਾ ਉੱਥੇ ਇਨਵਾਇਰਮੈਂਟ ਹੈ, ਜਿਸ ਤਰ੍ਹਾਂ ਦੇ ਉੱਥੇ ਐਗਜ਼ਾਮੀਨਰ ਨੇ, ਮਤਲਬ ਜਿਸ ਤਰ੍ਹਾਂ ਦਾ ਐਗਜ਼ਾਮੀਨਰ ਦਾ ਬਿਹੇਵੀਅਰ ਹੁੰਦਾ ਹੈ ਉੱਥੇ, ਸੇਮ ਚੀਜ਼ ਅਸੀਂ ਉੱਥੇ ਉਹਨਾਂ ਨੂੰ ਦਵੇਸਰ ਦੇ ਵਿੱਚ ਦਿੰਦੇ ਹਾਂ ਡਿਊਰਿੰਗ ਆਵਰ ਵੈਰੀ ਸਿਮਿਲਰ ਟੈਸਟ। ਔਰ ਉਹ ਇਹ ਟੈਸਟ ਅਸੀਂ ਜਾਂ ਤਾਂ ਆਪਣੇ ਆਫਿਸ ਚ ਕੰਡਕਟ ਕਰਦੇ ਹਾਂ ਜਾਂ ਅਸੀਂ ਕਿਸੇ ਹੋਟਲ ਦੇ ਵਿੱਚ ਕੰਡਕਟ ਕਰਦੇ ਹਾਂ, ਔਰ ਡੇਟਸ ਉਹਦੀਆਂ ਜਿਹੜੀਆਂ ਅਸੀਂ ਟਾਈਮ ਟੂ ਟਾਈਮ ਅਲੱਗ ਅਲੱਗ ਅਨਾਊਂਸ ਕਰਦੇ ਰਹਿੰਦੇ ਹਾਂ। ਜਿਵੇਂ ਉੱਪਰ ਜਿਹੜਾ ਕੈਪਸ਼ਨ ਵਿੱਚ ਤੁਸੀਂ ਦੇਖੋਗੇ ਤਾਂ ਅਸੀਂ ਡੇਟਸ ਉਹਦੇ ਵਿੱਚ ਪਾਈਆਂ ਹੋਈਆਂ ਜਿਹੜਾ ਨੈਕਸਟ ਟੈਸਟ ਦਾ ਹੋਣ ਜਾ ਰਿਹਾ ਹੈ। ਇਹਦਾ ਸਭ ਤੋਂ ਵੱਡਾ ਐਡਵਾਂਟੇਜ ਇਹ ਹੈ ਕਿ ਇੱਕ ਦੇ ਬੱਚੇ ਦਾ ਟਾਈਮ ਸੇਵ ਹੁੰਦਾ ਹੈ ਕਿ ਉਹਨੂੰ ਇਨ ਕੇਸ ਟੈਸਟ ਕਲੀਅਰ ਨਹੀਂ ਹੋਇਆ ਤਾਂ ਦੂਜੇ ਦੀ ਫਿਰ ਟੈਸਟ ਰਿਪੀਟ ਕਰੇਗਾ, ਤਿਆਰੀ ਦੁਬਾਰਾ ਕਰੇਗਾ, ਫਿਰ ਟੈਸਟ ਦੇਗਾ, ਉਹਦੀ ਫੀਸ ਦੁਬਾਰਾ ਦੇਗਾ 13,250, ਫਾਈਨੈਂਸ਼ੀਅਲ ਲਾਸ ਵੀ ਹੈ। ਸੋ ਇਸ ਚੀਜ਼ ਨੂੰ ਉਹ ਕਵਰ ਕਰਦਾ ਹੈ। ਔਰ ਕਈ ਵਾਰੀ ਬੱਚਿਆਂ ਦਾ ਦੁਬਾਰਾ ਟੈਸਟ ਦੇਣ ਕਰਕੇ ਬੈਚ ਹੀ ਨਿਕਲ ਜਾਂਦਾ ਹੈ। ਸੋ ਇਸ ਚੀਜ਼ ਨੂੰ ਅਸੀਂ ਅਵੋਇਡ ਕਰਨ ਵਾਸਤੇ ਵਟ ਵੀ ਡੂ ਅ ਵੈਰੀ ਸਿਮਿਲਰ ਟੈਸਟ। ਉਹਦੇ ਵਿੱਚ ਜਿਹੜੀ ਸਾਡੀ ਫੈਕਲਟੀ ਹੈ ਉਹ ਐਕਸਪੀਰੀਅੰਸ ਫੈਕਲਟੀ ਹੈ, ਲਾਈਕ ਮਿਸਟਰ ਤਜਿੰਦਰ ਜਿਹੜੇ ਸਾਡੇ ਹੈੱਡ ਨੇ ਇਸ ਟੈਸਟ ਦੇ ਉਹ ਦੇਖਦੇ ਨੇ। ਹੀ ਹਿਮਸੈਲਫ ਇਜ਼ ਕੁਆਇਟ ਐਕਸਪੀਰੀਅੰਸਡ, ਹੀ ਹੈਜ਼ ਸਟੱਡੀਡ ਫਰਮ ਆਸਟ੍ਰੇਲੀਆ, ਐਂਡ ਸਵਿਤਾ ਸ਼ਰਮਾ ਵੀ ਇਹ ਟੈਸਟ ਕੰਡਕਟ ਕਰਦੇ ਸਾਡੇ ਨਾਲ ਸਾਡੀ ਟੀਮ ਦੇ ਵਿੱਚ। ਉਹਦਾ ਖੁਦ ਦਾ ਹੀ ਆਈਐਲਟੀਐਸ ਪੜ੍ਹਾਉਣ ਦਾ 11 ਸਾਲ ਦਾ ਐਕਸਪੀਰੀਅੰਸ ਹੈ। ਹੋਰ ਵੀ ਜਿੰਨੀ ਸਾਡੀ ਫੈਕਲਟੀ ਹੈ ਉਹ ਸਾਰੇ ਬ੍ਰਿਟਿਸ਼ ਕੌਂਸਲ ਔਰ IDP ਕੋਲੋਂ ਸਰਟੀਫਾਈਡ ਫੈਕਲਟੀ ਹੈ। ਉਹਨਾਂ ਦੇ ਜਿਹੜੇ ਟ੍ਰੇਨਿੰਗ ਸੈਸ਼ਨ ਹੁੰਦੇ ਨੇ ਉਹ ਲਗਾਉਂਦੇ ਨੇ ਉਹਨਾਂ ਨੂੰ ਟ੍ਰੇਨਿੰਗ ਲਗਾ ਕੇ ਕਿ ਕਿਸ ਕਿਸ ਤਰੀਕੇ ਨਾਲ ਤੁਸੀਂ ਬੱਚੇ ਨੂੰ ਪੜ੍ਹਾਉਣਾ ਹੈ ਤਾਂ ਕਿ ਉਹਦਾ ਜਿਹੜੀਆਂ ਅਣਜਾਣੇ ਅਣਜਾਣ ਦੀ ਗਲਤੀਆਂ ਨਾ ਕਰ ਸਕਣ। ਸੋ ਸਾਰੀ ਅਸੈਸਮੈਂਟ ਅਸੀਂ ਉਹਨਾਂ ਕੋਲ ਕਰਾਉਂਦੇ ਹਾਂ। ਸੇਮ ਡੇ ਹੀ ਸਾਰਾ ਟੈਸਟ ਕੰਪਲੀਟ ਕੀਤਾ ਜਾਂਦਾ ਹੈ। ਬੱਚੇ ਨੂੰ 2 ਵਾਰੀ ਆਉਣ ਦੀ ਲੋੜ ਨਹੀਂ ਹੈ। ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ, ਐਵਰੀਥਿੰਗ ਇਜ਼ ਡਨ ਔਨ ਦਾ ਸੇਮ ਡੇ। ਔਰ 2 ਦਿਨ ਬਾਅਦ ਅਸੀਂ ਰਿਜ਼ਲਟ ਅਨਾਊਂਸ ਕਰਦੇ ਹਾਂ। ਜਿਹੜੇ ਬੱਚੇ ਅੱਛਾ ਰਿਜ਼ਲਟ ਲਿਆਉਂਦੇ ਰਹੇ ਉਹਨਾਂ ਨੂੰ ਅਸੀਂ ਇਨਾਮ ਵੀ ਦਿੰਦੇ ਹਾਂ, ਪ੍ਰਾਈਜ਼ ਵੀ ਦਿੰਦੇ ਹਾਂ। ਜਿਹੜੇ ਬੱਚਿਆਂ ਦਾ ਰਿਜ਼ਲਟ ਵੀਕ ਆਉਂਦਾ ਹੈ ਜਾਂ ਦੱਸਦੇ ਹਾਂ ਕਿ ਬੇਟਾ ਤੁਸੀਂ ਇੱਥੋਂ ਇਸ ਪੋਰਸ਼ਨ ਦੇ ਵਿੱਚੋਂ ਵੀਕ ਹੋ, ਇਹਨੂੰ ਹੋਰ ਸਟਰੋਂਗ ਕਰ ਲਓ ਤਾਂ ਕਿ ਬੱਚੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਦੁਬਾਰਾ ਟੈਸਟ ਨਾ ਦੇਣਾ ਪਏ। ਔਰ ਸਾਡੇ ਮੌਕ ਟੈਸਟ ਜਿਹੜਾ ਅਸੀਂ ਕੰਡਕਟ ਕਰਦੇ ਹਾਂ ਉਹਦੀ ਵੀ ਸੇਮ ਹੈ। ਔਰ ਇਸੇ ਕਰਕੇ ਅਸੀਂ ਪ੍ਰਾਊਡਲੀ ਕਹਿੰਦੇ ਹਾਂ ਸਾਡਾ ਸਕਸੈਸ ਰੇਟ ਇਹਦਾ ਹੈ ਕਿ ਸਾਡੇ 100 ਦੇ ਵਿੱਚੋਂ 92-93 ਬੱਚਿਆਂ ਨੂੰ ਟੈਸਟ ਦੂਜੀ ਵਾਰੀ ਨਹੀਂ ਦੇਣਾ ਪੈਂਦਾ ਹੈ। ਫਸਟ ਟੈਸਟ ਵਿੱਚ ਹੀ ਉਹ ਆਪਣੀ ਜਿਹੜੀ ਰਿਕੁਆਇਰਮੈਂਟ ਹੈ ਜੇ 6E ਚਾਹੀਦੇ ਨੇ ਜਾਂ 7.5 ਚਾਹੀਦੇ ਜਾਂ 6.5 ਚਾਹੀਦੇ, ਵਟ ਐਵਰ ਇਜ਼ ਦ ਰਿਕੁਆਇਰਮੈਂਟ, ਦੇ ਕੁਆਲੀਫਾਈ ਦੀਅਰ ਰਿਕੁਆਇਰਮੈਂਟ, ਕਿਉਂਕਿ ਉਹ ਵੀ ਸਾਡਾ VST ਜਿਹੜਾ ਹੈ ਉਹ ਪੀਅਰ ਕਰਦੇ ਨੇ। ਔਰ VST ਦੇ ਵਿੱਚ ਇੱਕ ਮੈਂ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਹਾਂ। ਇਸ ਟੈਸਟ ਦੀ ਫੀਸ ਜਿਹੜੀ ਹੈ ਉਹ ਅਸੀਂ ਬੜੀ ਨੋਮੀਨਲ ਰੱਖੀ ਹੋਈ ਹੈ, 699 ਦੇ ਵਿੱਚ ਤੁਸੀਂ ਆਪਣਾ ਟਾਈਮ ਸੇਵ ਕਰ ਸਕਦੇ ਹੋ, 13,250 ਜਿਹੜੀ ਰੀਅਲ ਟੈਸਟ ਦੀ ਫੀਸ ਹੈ ਉਹ ਸੇਵ ਕਰ ਸਕਦੇ ਹੋ। ਐਂਡ ਅੱਜ ਦੀ ਡੇਟਸ ਜਿਹੜੀ ਅਸੀਂ ਟਾਈਮ ਟੂ ਟਾਈਮ ਅਨਾਊਂਸ ਕਰਦੇ ਰਹਿੰਦੇ ਹਾਂ, ਉੱਪਰ ਡੇਟਸ ਦਿੱਤੀਆਂ ਹੋਈਆਂ ਨੇ। ਯੂ ਆਰ ਵੈਲਕਮ ਟੂ ਜੁਆਇਨ ਅਸ ਫੋਰ ਦ ਟੈਸਟ। ਥੈਂਕ ਯੂ ਵੈਰੀ ਮੱਚ।